ਪੰਜਾਬ ਦਾ ਨੌਜਵਾਨ ਨਸ਼ਿਆਂ ਕਾਰਨ ਬਰਬਾਦ ਹੋ ਰਿਹਾ ਹੈ। ਇਹ ਸਥਿਤੀ ਬਹੁਤ ਹੀ ਚਿੰਤਾਜਨਕ ਹੈ। ਪੰਜਾਬ ਪਹਿਲਾਂ ਵੀ ਕਈ ਮੁਸ਼ਕਲ ਸਥਿਤੀਆਂ ਵਿੱਚੋਂ ਤਗੜਾ ਹੋ ਕੇ ਨਿਕਲਿਆ ਹੈ ਅਤੇ ਅਗਾਂਹ ਵੀ ਸਾਬਤ ਕਦਮੀ ਨਾਲ ਚੱਲਦਾ ਜਾਰੀ ਰੱਖੇਗਾ। ਅਸੀਂ ਇੱਕਜੁੱਟ ਹੋ ਕੇ ਪੰਜਾਬ ਵਿੱਚੋਂ ਨਸ਼ਿਆਂ ਨੂੰ ਜੜੋਂ ਖਤਮ ਕਰ ਸਕਦੇ ਹਾਂ ਅਤੇ ਕਰਦੇ ਰਹਾਂਗੇ। ਚਲੋ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ। 72ਵੇਂ ਸੁਤੰਤਰਤਾ ਦਿਵਸ ਮੌਕੇ ਮੈਂ ਪੰਜਾਬੀ ਲੋਕ ਗਾਇਕ ਬਿਲ ਸਿੰਘ ਇਹ ਕਸਮ ਲੈਂਦਾ ਹਾਂ ਕਿ ਮੈਂ ਨਸ਼ਿਆਂ ਨੂੰ ਜੜੋਂ ਖਤਮ ਕਰਨ ਦਾ ਹਲਫ ਲੈ ਲਿਆ ਹੈ ਅਤੇ ਬਾਕੀ ਹੁਣ ਤੁਹਾਡੀ ਵਾਰੀ ਹੈ। ਸੋ ਦੋਸਤੋ, ਮੇਰੇ ਬਹੁਤ ਹੀ ਪਰਮ ਪਿਆਰੇ ਦੋਸਤ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ, ਸਰਦਾਰ ਨਿਰਮਲ ਸਿੰਘ ਜੀ, ਰਜਿੰਦਰ ਸਿੰਘ ਜੀ, ਮਹਿੰਦਰ ਸਿੰਘ ਜੀ, ਦਿੱਲੂ ਜੀ ਔਰ ਬੱਲੀ ਜੀ, ਇਹ ਸਾਰੇ ਦੋਸਤ ਮੇਰੇ ਨਾਲ ਸਾਥ ਦੇਣਗੇ ਇਸ ਮੁਹਿੰਮ ਦੇ ਵਿੱਚ। ਮੈਂ ਇਹਨਾਂ ਨੂੰ ਵੀ ਇਸ ਕਾਰਵਾਈ ਦੇ ਵਿੱਚ ਅੱਗੇ ਵਧਾਉਣ ਲਈ ਮੁਹਿੰਮ ਨਾਲ ਜੋੜਦਾ। ਸਤਿ ਸ਼੍ਰੀ ਅਕਾਲ।